ਸੋ ਦੋਸਤੋ ਬਹੁਤ ਲੰਬੇ ਸਮੇਂ ਤੋਂ ਬਾਅਦ ਆਸਟ੍ਰੇਲੀਆ ਤੋਂ ਚੰਗੀਆਂ ਖਬਰ ਆਈਆਂ ਇਹਦੇ ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ ਔਰ ਸਟੂਡੈਂਟਸ ਲਈ ਕੀ ਕੀ ਫਾਇਦੇ ਹੋਣ ਵਾਲੇ ਆ ਇਹ ਸਭ ਇਸ ਇੰਟਰਵਿਊ ਦਾ ਵਿਸ਼ਾ ਰਹੇਗਾ ਸੋ ਦੋਸਤੋ ਇੱਕ ਬਹੁਤ ਲੰਬੇ ਸਮੇਂ ਤੋਂ ਬਾਅਦ ਫਾਈਨਲੀ ਆਸਟ੍ਰੇਲੀਆ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਔਰ ਉਹ ਵੀ ਇਸ ਤਰੀਕੇ ਦੇ ਦਿਖਾਈ ਹੈ ਕਿ ਉਹਦੇ 'ਚ ਕੋਈ ਸ਼ੱਕ ਨਹੀਂ ਰਿਹਾ ਸੋ ਆਸਟ੍ਰੇਲੀਆ ਨੇ ਕਨਫਰਮ ਕੀਤਾ ਕਿ ਅਸੀਂ ਖੁੱਲਣ ਜਾ ਰਹੇ ਹਾਂ ਔਰ ਖੁੱਲ ਰਹੇ ਹਾਂ ਔਰ ਅਸੀਂ ਵਾਪਸੀ ਬੰਦ ਹੋਣ ਬਾਰੇ ਨਹੀਂ ਸੋਚ ਰਹੇ ਇਹ ਬਹੁਤ ਬੋਲਡ ਸਟੇਟਮੈਂਟ ਹੈ ਇਸ ਤੋਂ ਪਹਿਲਾਂ ਪੋਲੀਟਿਕਲੀ ਇਹਦੇ ਬਹੁਤ-ਬਹੁਤ ਮਾਇਨੇ ਰੱਖੇ ਜਾਂਦੇ ਸੀ ਬਹੁਤ ਚੀਜ਼ਾਂ ਦਾ ਲਾਈਕ ਖਿਆਲ ਰੱਖਿਆ ਜਾਂਦਾ ਸੀ ਕਿਉਂਕਿ ਇਸ ਤੋਂ ਪਹਿਲਾਂ 2 ਸਾਲ ਤੱਕ ਆਸਟ੍ਰੇਲੀਆ ਨੇ ਕਹਿਤਾ ਸੀ ਕਿ ਅਸੀਂ ਖੁੱਲਣ ਬਾਰੇ ਸੋਚ ਵੀ ਨਹੀਂ ਸਕਦੇ ਸਟੂਡੈਂਟਸ ਨੇ ਆਉਣਾ ਤੇ ਖੁਦ ਰਿਸਕ ਕੈਲਕੂਲੇਟ ਕਰਕੇ ਆਵੇ ਆਪਣੇ ਖੁਦ ਇੱਥੇ ਜਿੰਨੀਆਂ ਵੀ ਤਕਲੀਫਾਂ ਹੋਣ ਵਾਲੀਆਂ ਉਹਨਾਂ ਦੀ ਜ਼ਿੰਮੇਵਾਰ ਰਵੇ ਔਰ ਹੁਣ ਸਮਾਂ ਇਦਾਂ ਦਾ ਆ ਗਿਆ ਤੁਸੀਂ ਦੇਖੋ ਘੁੰਮ ਕੇ 2 ਸਾਲ ਬਾਅਦ ਕਿ ਹੁਣ ਤਰਲਿਆਂ ਵਾਲੀ ਸਿਚੁਏਸ਼ਨ ਦੇ ਉੱਪਰ ਆ ਗਏ ਕਿ ਯਾਰ ਕਿਸੇ ਤਰ੍ਹਾਂ ਪਹੁੰਚੋ ਸੋ ਇਹ ਦੁਨੀਆ ਅਲਟੀਮੇਟਲੀ ਇੱਕ ਲਾਈਕ ਸਾਂਝੀ ਦੁਨੀਆ ਦੇਣ ਵਾਲਾ ਪ੍ਰਤੀਕ ਵੀ ਲੱਗ ਰਿਹਾ ਹੈ ਇੱਕ ਕਿ ਜਿਹਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਅਗਰ ਕਿਸੇ ਚੀਜ਼ ਦੀ ਕਮੀ ਆਏਗੀ ਤਾਂ ਉਹਦਾ ਉਹਦਾ ਅਸਰ ਦੂਰ ਤੱਕ ਜਾਏਗਾ ਸੋ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਕਿ ਆਸਟ੍ਰੇਲੀਆ ਵਰਗੇ ਮੁਲਕ ਨੇ ਅਜੇ ਤੱਕ ਕਿਸੇ ਮੁਲਕ ਨੇ ਨਹੀਂ ਕੀਤਾ ਆਸਟ੍ਰੇਲੀਆ ਵਰਗੇ ਮੁਲਕ ਨੇ ਅਨਾਉਂਸ ਕੀਤਾ ਕਿ ਅਸੀਂ ਪੂਰੇ 2 ਮਹੀਨੇ ਸਟੂਡੈਂਟ ਦੇ ਕੋਲੋਂ ਐਮਬੈਸੀ ਫੀਸ ਵੀ ਨਹੀਂ ਲਵਾਂਗੇ ਔਰ ਇਹਦਾ ਮਤਲਬ ਸਿੱਧਾ ਹੋ ਗਿਆ ਕਿ ਜਿਹੜੇ ਵੀਜ਼ਾਸ ਆ ਉਹਦੇ ਖੁੱਲੇ ਗੱਫੇ ਮਿਲਣਗੇ ਔਰ ਕਿਉਂਕਿ ਜਦੋਂ ਤੁਹਾਡੇ ਕੋਲ politcal like approach ਹੋਵੇ ਜਿਹੜਾ politcal ਐਂਗਲ ਹੋਵੇ ਚੀਜ਼ਾਂ ਨੂੰ ਸੋਚਣ ਦਾ ਸਮਝਣ ਦਾ ਉਦੋਂ ਵੀਜ਼ਾਸ ਦੇ ਵਿੱਚ ਘੱਟ ਸਕੋਰ like untimely ਔਰ ਪੁੱਠੀਆਂਸ ਦੀਆਂ ਐਪਲੀਕੇਸ਼ਨਸ ਉਹ ਵੀ ਨਿਕਲ ਜਾਂਦੀਆਂ ਨੇ ਸੋ ਸਟੂਡੈਂਟਸ ਤੁਸੀਂ ਇਸ ਟਾਈਮ ਜਿਹੜੀਆਂ ਤੁਹਾਡੇ ਕੋਲ opportunity ਉਹ ਬਹੁਤ ਜ਼ਬਰਦਸਤ ਹੈ ਇਹ ਅਗਰ ਇਸ 2 ਮਹੀਨੇ ਦੇ ਵਿੱਚ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ ਤਾਂ ਇਹ ਸ਼ਾਇਦ ਤੁਹਾਡੇ ਲਈ ਅੱਜ ਤੱਕ ਦਾ ਸਭ ਤੋਂ ਬਿਹਤਰੀਨ ਸਮਾਂ ਹੈ ਸੋ ਜੌਬਸ ਦੇ ਵਿੱਚ ਵੀ ਜਿਹੜੀਆਂ ਇਸ ਟਾਈਮ ਇਹ ਪਹਿਲਾ ਕੰਟਰੀ ਆ ਜਿਨੇ ਕਿ 40 ਆਵਰਸ ਸਟੂਡੈਂਟ ਨੂੰ ਫੁੱਲ ਟਾਈਮ ਜੌਬ ਦੇ ਉੱਪਰ ਕਿਹਾ ਹੈ ਕਿ ਜਿੰਨਾ ਮਰਜ਼ੀ ਕੰਮ ਕਰੋ ਇਹ ਇਕਲਤਾ ਕੰਟਰੀ ਆ ਨਿੱਦ ਸਟੂਡੈਂਟਸ ਉੱਪਰ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਪਹਿਲੇ 6 ਮਹੀਨੇ ਹੋਰ ਜ਼ਿਆਦਾ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਸੋ ਆਰ ਇਹ ਪਹਿਲੀ ਵਾਰੀ ਹੋਇਆ ਕਿ ਸਟੂਡੈਂਟ ਦੀ ਫੀਸ ਮਾਫ ਹੈ ਸਟੂਡੈਂਟਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਲਾਈਕ ਫਟਾਫਟ ਪਹੁੰਚੋ ਸਹੀ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਸਟੂਡੈਂਟਸ ਇਸ ਮੌਕੇ ਨੂੰ ਨਾ ਗਵਾਓ ਆਪਣੀਆਂ ਐਪਲੀਕੇਸ਼ਨਸ ਜਿਹੜੀਆਂ ਅਗਰ ਤੁਹਾਡੇ ਕੋਲ 5.5 ਬੈਂਡ ਵੀ ਆ ਸ਼ਾਇਦ ਕੋਈ ਕੰਟਰੀ ਹੋਰ ਨਹੀਂ ਲੈ ਰਿਆ 5.5 ਦੇ ਉੱਪਰ ਅਸਟ ਯੂਕੇ ਦੇ ਵਿੱਚ ਵੀ ਬਹੁਤ ਬਹੁਤ ਪਾਪੜ ਵੇਲਣੇ ਪੈ ਰਹੇ ਆ ਅਗਰ 5.5 ਦੀ ਐਪਲੀਕੇਸ਼ਨ ਹੈ ਸੋ ਇਹ ਪਹਿਲਾ ਕੰਟਰੀ ਆ 5.5 ਦੀ ਐਪਲੀਕੇਸ਼ਨ ਦੇ ਉੱਪਰ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ ਸੋ 6 ਵਾਲੀਆਂ ਐਪਲੀਕੇਸ਼ਨਸ ਦੇ ਉੱਪਰ ਤੁਸੀਂ ਯੂਨੀਵਰਸਿਟੀਆਂ ਜਾ ਸਕਦੇ ਹੋ ਸੋ ਤੁਸੀਂ ਆਪਣੀ ਮਨਪਸੰਦ ਯੂਨੀਵਰਸਿਟੀ ਬਿਕੋਜ਼ ਟੌਪ 100 ਦੇ ਵਿੱਚੋਂ ਬਹੁਤ ਸਾਰੀਆਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਆ ਲੈਵਲ 1 ਦੀਆਂ ਯੂਨੀਵਰਸਿਟੀਆਂ ਤੁਸੀਂ ਆਪਣੀ ਐਪਲੀਕੇਸ਼ਨਸ ਲਾ ਸਕਦੇ ਹੋ ਇਸ ਸਮੇਂ ਦੇ ਵਿੱਚ ਤੁਹਾਡੇ ਕੋਲ ਇੰਨੇ ਇੱਕ ਮੌਕੇ ਆ ਕਿ ਤੁਸੀਂ ਆਪਣੇ ਜਿੰਨਾ ਸਮਾਂ ਅਸੀਂ ਸੰਤਾਪ ਭੁਗਤਿਆ ਆ ਕੈਨੇਡਾ ਦੇ ਵਿੱਚ ਸਾਡੇ ਕੋਲ ਮਤਲਬ 1.8 ਮਿਲੀਅਨ 18 ਲੱਖ ਐਪਲੀਕੇਸ਼ਨਾਂ ਦਾ ਢੇਰ ਲੱਗ ਗਿਆ ਕਿਉਂਕਿ ਹੋਰ ਕੋਈ ਵੀ ਕੰਟਰੀ ਇੰਨੀ ਖੁੱਲ੍ਹ ਦਲੀ ਨਾਲ ਵੀਜ਼ਾਸ ਨਹੀਂ ਦਿੰਦਾ ਸੀ ਔਰ ਜਿਹੜਾ ਵੀਜ਼ਾਸ ਦੇ ਨੰਬਰ ਹੈ ਵੀਜ਼ਾਸ ਦੀ ਗਿਣਤੀ ਆ ਵੀਜ਼ਾਸ ਦੀ ਅਗਰ ਅਸੀਂ ਮੈਥੈਮੈਟਿਕਲੀ ਅਗਰ ਵੀਜ਼ਾਸ ਨੂੰ ਅਗਰ ਕਿਸੇ ਨੇ ਕਿਸੇ ਏਜੰਸੀਜ਼ ਨੇ ਐਕਸਲ ਸ਼ੀਟਸ ਉੱਪਰ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਤੇ ਉਹ ਆਸਟ੍ਰੇਲੀਆ ਨੇ ਸਿਖਾਇਆ ਸੀ ਬਿਕੋਜ਼ ਆਸਟ੍ਰੇਲੀਆ ਪਹਿਲਾ ਕੰਟਰੀ ਸੀ ਜਿਨਨੇ ਸਭ ਤੋਂ ਵੱਧ ਨੰਬਰਸ ਵਿੱਚ ਸਟੂਡੈਂਟਸ ਨੂੰ ਲੈਣਾ ਸ਼ੁਰੂ ਕੀਤਾ ਸੀ ਐਂਡ ਫਾਈਨਲੀ ਆਸਟ੍ਰੇਲੀਆ ਇਜ਼ ਬੈਕ ਐਂਡ ਆਸਟ੍ਰੇਲੀਆ ਇਜ਼ ਬੈਕ ਵਿਦ ਅ ਬੈਂਕ ਔਰ ਇਸ ਸਮਰ ਤੱਕ ਤੁਸੀਂ ਵੇਖੋਗੇ ਸਮਰ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਨੰਬਰ 1 ਡੈਸਟੀਨੇਸ਼ਨ ਹੋਏਗਾ ਜੀ ਹਾਂ ਇਹ ਬਹੁਤ ਕਲੀਅਰਲੀ ਦਿਖਦਾ ਰਿਹਾ ਬਿਕੋਜ਼ ਜਦੋਂ ਤੁਹਾਡੇ ਕਾਲ ਪੋਲੀਟੀਕਲ ਵਿਲਿੰਗਨੈਸ ਹੋਵੇ ਉਦੋਂ ਤੁਹਾਨੂੰ ਇਹੋ ਜਿਹਾ ਮੁਕਾਮ ਹਾਸਲ ਕਰਨ ਤੋਂ ਕੋਈ ਨਹੀਂ ਰੋ ਸਕਦਾ ਔਰ ਜਿਨਨੇ ਜਿਨਨੇ ਲਾਈਕ ਤੁਸੀਂ ਖੁਦ ਵੀਜ਼ਾਸ ਦੀ ਤਾਦਾਦ ਵੇਖੋ ਪੂਰੇ ਕੈਨੇਡਾ ਦੇ ਵਿੱਚ ਸਾਲ ਦੇ ਵਿੱਚ ਲੱਖ ਸਟੂਡੈਂਟ ਜਾਂਦਾ ਹੈ ਔਰ ਆਸਟ੍ਰੇਲੀਆ ਨੇ ਓਪਨ ਹੁੰਦਿਆਂ ਹੀ ਕਿਹਾ ਕਿ ਅਸੀਂ 175000 ਸਟੂਡੈਂਟਸ ਇਨਵਾਈਟ ਕਰ ਰਹੇ ਹਾਂ ਔਰ ਦੂਸਰੀ ਚੀਜ਼ ਸਭ ਤੋਂ ਵੱਡੀ ਕਿ ਇਸ ਸਮੇਂ ਦੇ ਵਿੱਚ ਚਾਈਨਾ ਦੀ ਬ੍ਰੇਕ ਲਾਈ ਹੋਈ ਆ ਸੋ ਚਾਈਨਾ ਦੇ ਨਾਲ ਉਸ ਤਰੀਕੇ ਦੇ ਰਿਸ਼ਤੇ ਨਹੀਂ ਹੈਗੇ ਆਸਟ੍ਰੇਲੀਆ ਦੇ ਜਿਸ ਤਰੀਕੇ ਨਾਲ ਪਹਿਲਾਂ ਹੁੰਦੇ ਸੀ ਔਰ ਪਹਿਲਾਂ ਸਾਡੇ ਨਾਲੋਂ ਵੱਧ ਜਿਹੜੇ ਸਟੂਡੈਂਟਸ ਆ ਉਹ ਚਾਈਨਾ ਦੇ ਜਾਂਦੇ ਸੀ ਬਟ ਇਸ ਸਮੇਂ ਦੇ ਵਿੱਚ ਇੰਡੀਅਨ ਸਟੂਡੈਂਟਸ ਦਾ ਦਬਦਬਾ ਰਹੇਗਾ ਇੰਡੀਅਨ ਸਟੂਡੈਂਟਸ ਨੂੰ ਕੁਲ ਮੌਕੇ ਹੋਣਗੇ ਔਰ ਬੈਕ ਹੋਮ ਆਸਟ੍ਰੇਲੀਆ ਜਾ ਕੇ ਵੀ ਕੰਮ ਕਰਦੇ ਮੌਕੇ ਪੈਸੇ ਕਮਾਉਣ ਦੇ ਮੌਕੇ ਔਰ ਜਿੰਨੀਆਂ ਅਸੀਂ ਅਗਰ ਪੰਜਾਬ ਦੇ ਵਿੱਚ ਤਰੱਕੀ ਵੇਖੀ ਆ ਅਗਰ ਅਸੀਂ ਇੱਥੇ ਗੱਡੀਆਂ ਵੇਖੀਆਂ ਆ ਅਗਰ ਅਸੀਂ ਇੱਥੇ ਕੋਠੀਆਂ ਵੇਖੀਆਂ ਆ ਤੇ ਉਹਨਾਂ ਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਹੋਈ ਆ ਕੈਨੇਡਾ ਦੇ ਨੇ ਤਾਂ ਸਾਡੇ ਪੀਆਰ ਦੇ ਸੁਪਨੇ ਪੂਰੇ ਕੀਤੇ ਨੇ ਬਟ ਜਿਹੜੀ ਮਾਇਆ ਵਾਲੇ ਪੈਸੇ ਜਿਹੜੇ ਸੁਪਨੇ ਆ ਉਹ ਸਾਡੇ ਆਸਟ੍ਰੇਲੀਆ ਤੇ ਇੰਗਲੈਂਡ ਨੇ ਪੂਰੇ ਕੀਤੇ ਆ ਸੋ ਫਾਈਨਲੀ ਆਸਟ੍ਰੇਲੀਆ ਓਪਨ ਹੈ ਔਰ ਰਾਇਲ ਟ੍ਰੈਵਲਸ ਵੈਲਕਮ ਕਰ ਰਿਹਾ ਤੁਹਾਡੀਆਂ ਐਪਲੀਕੇਸ਼ਨਸ ਨੂੰ ਕੋਈ ਫੰਡਿੰਗ ਦੀ ਫੀਸ ਨਹੀਂ ਕੋਈ ਤੁਹਾਡੀ ਅੰਬੈਸੀ ਫੀਸ ਨਹੀਂ ਕਿਸੇ ਕਿਸਮ ਦਾ ਕੋਈ ਖਰਚਾ ਤੁਸੀਂ ਨਹੀਂ ਦੋਗੇ ਤੁਸੀਂ ਸਾਰੇ ਖਰਚੇ ਉਦੋਂ ਦੋਗੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ ਜਦੋਂ ਤੁਹਾਡਾ ਵੀਜ਼ਾ ਅਪਰੂਵ ਹੋ ਜਾਏਗਾ ਜਦੋਂ ਤੁਹਾਡੇ ਕੋਲ ਵੀਜ਼ਾ ਤੁਹਾਡੇ ਹੱਥ ਵਿੱਚ ਹੋਏਗਾ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਕਾਸਟ ਪੇ ਕਰੋਗੇ ਔਰ ਉਹ ਵੀ ਕੋਈ ਬਹੁਤ ਜਿਆਦਾ ਵੱਧ ਨਹੀਂ ਸੋ ਤੁਸੀਂ ਜਿੰਨੀ ਤੁਹਾਡੀ ਐਕਚੁਅਲ ਕਾਸਟ ਆ ਉਹ ਲਗਭਗ ਉਹੀ ਉਹਦੇ ਆਸ-ਪਾਸ ਹੀ ਤੁਸੀਂ ਜਿਹੜੀ ਆਪਣੀ ਅਪਲੀਕੇਸ਼ਨ ਕਾਸਟ ਪੇ ਕਰੋਗੇ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਅਸੀਂ ਵੀ ਇੰਨੀ ਖੁੱਲ੍ਹ ਦਲੀ ਨਾਲ ਤੁਹਾਡੇ ਰੂਬਰੂ ਹੋ ਰਹੇ ਆ ਇਨੀ ਆਫਰਸ ਲੈ ਕੇ बिकॉज ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਵੀ ਇਨਾ ਦਿਲ ਨਹੀਂ ਵਿਖਾਇਆ ਤੇ ਓਬਵੀਅਸਲੀ ਸਾਡੇ ਕੋਲ ਵੀ ਇਨਾ ਦਿਲ ਹੈ ਨਹੀਂ ਸੀ ਸੋ ਹੁਣ ਇਹ ਸਾਰੇ ਪਾਸਿਓ ਇੱਕ ਐਸਾ ਮੌਕਾ ਆ ਕਿ ਚਾਹੇ ਤੁਹਾਡੀਆਂ ਐਪਲੀਕੇਸ਼ਨ 2 2 4 ਵਾਰੀ ਕਿਤੇ ਰਿਫਿਊਜ਼ ਵੀ ਹੋਈਆਂ ਆ ਅਗਰ ਤੁਸੀਂ ਬੇਸਿਕਲੀ ਤਸੀਮ ਲਾਈਕ ਪਿਛਲੇ 2 3 ਸਾਲ ਦੇ ਵਿੱਚ ਆਪਣੀ ਐਜੂਕੇਸ਼ਨ ਪੂਰੀ ਕੀਤੀ ਹੈ ਤੇ ਤੁਸੀਂ ਆਪਣੇ ਆਸਟ੍ਰੇਲੀਆ ਦਾ ਸੁਪਨਾ ਪੂਰਾ ਕਰ ਸਕਦੇ ਹੋ ਸੋ ਦੋਸਤੋ ਅਸੀਂ ਲਗਾਤਾਰ ਤੁਹਾਡੇ ਨਾਲ ਵੀਡੀਓਜ਼ ਸ਼ੇਅਰ ਕਰਦੇ ਹਾਂ ਔਰ ਇਹੋ ਜਿਹੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਫਿਊਚਰ ਦੇ ਵਿੱਚ ਵੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਾਲ ਹੀ ਆਪਣਾ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਸ ਲਗਾਤਾਰ ਆਉਂਦੀਆਂ ਰਹਿਣ ਔਰ ਇਸ ਜਾਣਕਾਰੀ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਜਿਨ੍ਹਾਂ ਲਈ ਇਹ ਵਾਕਿਆ ਹੀ ਫਾਇਦੇਮੰਦ ਹੋ ਸਕਦੀ ਹੈ ਸੋ ਬਹੁਤ ਜਲਦ ਮਿਲਾਂਗੇ ਇੱਕ ਨਵੀਂ ਜਾਣਕਾਰੀ ਨਾਲ ਸਤਿ ਸ਼੍ਰੀ ਅਕਾਲ